ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਬਾਈ, ਸੀਐਮ ਸਾਹਿਬ ਨੇ ਇੱਕ ਪੋਸਟ ਪਾਈ ਹੈ ਜਿਹੜੀ ਕੀ ਕਹਿੰਦੇ ਨੇ ਵੀ ਆਪਦੇ ਅਹੁਦੇ ਦੀ ਮਰਿਆਦਾ ਦੀ ਪਾਲਣਾ ਵੀ ਨਹੀਂ ਕੀਤੀ। ਉਹ ਬੰਦੇ ਨੇ, ਉਹਨੂੰ ਪਤਾ ਹੀ ਨਹੀਂ ਕਿ ਉਹ ਮੁੱਖ ਮੰਤਰੀ ਬਣ ਗਿਆ। ਹਜੇ ਤੱਕ ਉਹ ਆਪਦੇ ਕਲਾਕਾਰੀ ਵਾਲੇ ਜੀਵਨ ਵਿੱਚ ਸ਼ਾਇਦ ਵਿਚਰ ਰਿਹਾ। ਉਹ ਬੰਦਾ ਸਿੱਖੀ ਦੀਆਂ ਗੱਲਾਂ ਕਰਦਾ, ਹੁਣ ਉਹਨੂੰ ਸਵਾਲ ਆ, ਯਾਰ ਤੂੰ ਸਿੱਖੀ ਦੀਆਂ ਗੱਲਾਂ ਕਰੇਗਾ ਜਿਹੜਾ ਦਾਰੂ ਨਾਲ ਡੱਕਿਆ ਰਹਿਣ ਵਾਲਾ? ਤੂੰ ਗੱਲਾਂ ਕਰੇਗਾ ਦਾੜੀ ਰੰਗਣ ਵਾਲਾ? ਤੂੰ ਗੱਲਾਂ ਕਰੇਗਾ ਵਾਲ ਕਟਾਉਣ ਵਾਲਾ ਬੰਦਾ ਸਾਡੇ ਵਰਗਾ? ਤੂੰ ਉਹ ਬੰਦਾ ਜਿਹਦੀ SGPC ਲਈ ਵੋਟ ਵੀ ਹੈ ਨੀ? ਤੂੰ ਸਿੱਖੀ ਬਚਾਏਗਾ ਹੁਣ? ਤੂੰ ਉਹ ਬੰਦਾ ਜਿਹੜਾ ਆਪਦੀ ਕੁੜੀ ਦੀ ਹਾਣ ਦੀ ਵਿਆਹ ਲਿਆ? ਤੂੰ ਸਿੱਖੀ ਸਿਧਾਂਤਾਂ ਦੀ ਗੱਲਾਂ ਕਰਦਾ ਯਾਰ? ਤੂੰ ਉਹ ਬੰਦਾ ਜਿਹੜਾ ਜਿਹਨੂੰ ਇਹ ਨੀ ਪਤਾ ਹਜੇ ਤੱਕ ਉਹ ਮੁੱਖ ਮੰਤਰੀ ਬਣ ਗਿਆ? ਇਹ ਜਿਹੜੇ ਸਰਕਾਰੀ ਸਮਾਗਮ ਹੁੰਦੇ ਆ ਨਾ ਸੀਐਮ ਸਾਹਿਬ, ਉੱਥੇ ਜਾ ਕੇ ਜਾਂ ਸ਼ਹੀਦੀ ਸਮਾਗਮ ਹੁੰਦੇ ਜਿਹੜੇ ਇਹੋ ਜਿਹੇ, ਜਿਵੇਂ ਕੱਲ ਤੋਂ ਜਾ ਕੇ ਆਏ ਆ, ਉੱਥੇ ਸ਼ਹੀਦਾਂ ਦੀ ਗੱਲਾਂ ਕੀਤੀਆਂ ਨੇ ਉਹਨੀਆਂ, ਆਪਦੀ ਸਰਕਾਰ ਦੇ ਕੋਈ ਕੰਮ ਦੱਸਿਆ ਨੇ? ਉੱਥੇ ਸਿਆਸਤ ਨਹੀਂ ਕੀਤੀ ਉਹਨਾਂ ਦੀ? ਤੂੰ ਕੱਲ ਵੀ ਸਿਆਸਤ ਕਰਕੇ ਆਏ, ਉੱਥੇ ਤੂੰ ਮਨਪ੍ਰੀਤ ਬਾਦਲ ਬਾਰੇ ਕਰਕੇ ਆਏ, ਤੇ ਤੂੰ ਤੂੰ ਕੱਲ ਤੂੰ ਉਹ ਬੰਦਾ ਕੱਲ ਹੁਣ ਮੁਰਗੀ ਬੱਕਰੀ ਤੇ ਖਣੀ ਕਿਹਦੇ ਮੁਆਵਜ਼ੇ ਦੇ ਰਿਹਾ ਸੀ? ਸ਼ਾਇਦ ਤੂੰ ਭੁੱਲ ਗਿਆ ਯਾਰ ਕਿ ਤੂੰ ਇੱਕ ਵਾਰੀ ਨਾ ਭਗਤੇ ਆਇਆ ਸੀਗਾ, ਉਦੋਂ ਕਾਰ ਦੇ ਬੋਨਰ ਤੇ ਬੈਠ ਕੇ ਗੱਲ ਕੀਤੀ ਸੀਗੀ ਕਿ ਮੈਂ ਜੀ ਵਿਸਾਖੀ ਤੋਂ ਪਹਿਲਾਂ ਕਣਕਾਂ ਦਾ ਮੁਆਵਜ਼ਾ ਦੇਊਂ। ਤੂੰ ਉਹ ਮੁਆਵਜ਼ਾ ਦੇ, ਆਹ ਫੋਟੋਆਂ ਨਾ ਪਾ ਤੂੰ ਹੁਣ, ਉਹ ਲੋਕ ਮੁਆਵਜ਼ਾ ਡੀਕਦੇ ਤੇਰਾ। ਤੇ ਉਹ ਤੂੰ ਇਹ ਵੀ ਗੱਲ ਕਹੀ ਸੀ ਕਿ ਪਹਿਲਾ ਮੁੱਖ ਮੰਤਰੀ ਹੈ ਜੀ ਮੈਂ ਜਿਹੜਾ ਲੋਕਾਂ ਦੇ ਵਿੱਚ ਆ, ਤੇ ਆਮ ਲੋਕ ਬੰਦੇ ਨੇ ਕਹਿਤਾ ਨਹੀਂ ਜੀ ਬਾਦਲ ਸਾਹਿਬ ਵੀ ਆਉਂਦੇ ਹੁੰਦੇ ਸੀ, ਫਿਰ ਤੈਨੂੰ ਜਵਾਬ ਨਹੀਂ ਸੀ ਕੋਈ। ਤੂੰ ਉਹ ਬੰਦਾ ਲੋਕ ਹੜਾ ਨਾ ਮਾਰ ਰਹੇ ਸੀ, ਤੈਨੂੰ ਫੋਟੋ ਸੈਸ਼ਨ ਚੱਲ ਰਹੇ, ਤੇਰੇ ਪਜਾਮਾ ਲਵੇੜ ਕੇ ਤੂੰ ਫੋਟੋ ਕਰਾ ਰਿਹਾ ਸੀ, ਉਹਦੇ ਨਾਲ ਕੀ ਹੋ ਗਿਆ ਸੀਗਾ? ਉਦੋਂ ਬਾਅਦ 2-3 ਦਿਨ ਬੰਗਲੌਰ ਲਾਏ ਆ, ਤੂੰ ਪੰਜਾਬ ਦੇ ਹੜ ਪੀੜਤਾਂ ਦੀ ਸਾਰ ਲੈਣ ਦਾ ਮੌਕਾ ਸੀ ਆਹ ਤਾਂ ਯਾਰ, ਤੇ ਤੂੰ ਚੱਲ ਪਿਆ ਸਿਆਸਤ ਤੇ, ਉਹ ਵੀ ਗੰਦੀ ਸਿਆਸਤ ਤੇ। ਤੂੰ ਸਿੱਖੀ ਦੀ ਗੱਲ ਨਾ ਕਰ ਯਾਰ, ਸਾਰਾ ਪੰਜਾਬ ਸਿੱਖੀ ਦੀ ਗੱਲ ਕਰ ਲੂ ਚੰਗਾ ਲੱਗੂ, ਪਰ ਤੇਰੇ ਮੂੰਹ ਸਿੱਖੀ ਦੀ ਗੱਲ ਨਹੀਂ ਚੰਗੀ ਲੱਗਦੀ। ਤੂੰ ਤੂੰ ਯਾਰ ਸ਼ਰਾਬੀ ਬੰਦਾ, ਠੀਕ ਹੈ ਨਾ, ਤੇਰੇ ਪੈਰ ਤੇ ਬਟੇਰਾ ਆ ਗਿਆ, ਤੂੰ ਸੀਐਮ ਬਣ ਗਿਆ, ਚਲ ਸੀਐਮ ਦੇ ਅਹੁਦੇ ਤੇ ਇਲਾਜ ਰੱਖ ਲੈ ਯਾਰ। ਇੰਨੀ ਗਿਰੀਆਂ ਹੋਈਆਂ ਤੇਰੀਆਂ ਪੋਸਟਾਂ, ਔਰ ਪਾਉਣ ਵਾਲੇ ਬੰਦੇ ਕੌਣ ਨੇ? ਬਲਤੇਜ ਸਿੰਘ ਪੰਨੂ ਜਿਹੜੇ ਜੇਲ੍ਹ ਜਾ ਕੇ ਨੇ, ਕਿਹੜੇ ਕੇਸ ਜਾ ਕੇ ਨੇ ਉਹ ਸਭ ਨੂੰ ਪਤਾ। ਤੁਸੀਂ ਲੋਕ 5 ਸਾਲ ਲਈ ਨਾ ਪੰਜਾਬ ਚਲਾਉਣ ਲਈ ਆਏ, ਹੁਣ ਸਿਆਸਤ 25 ਸਾਲ ਹੀ ਸਿਆਸਤ ਕਰੀ ਜਾਓਗੇ ਯਾਰ, ਉਹ ਵੀ ਪੁਰਾਣੀਆਂ ਫੋਟੋਆਂ ਚੱਕ ਚੱਕ ਕੇ। ਤੁਸੀਂ ਗੱਲ ਕਰਦੇ ਸੀ ਇੱਕ ਦਿਨ ਕਿ ਜੀ ਇਹਨਾਂ ਦੇ ਘਰੇ ਕਾਕਾ ਜੀ ਬੁਲਾਉਂਦੇ ਆ ਜੀ, ਬੀਬਾ ਜੀ, ਉਹ ਇੱਕ ਸਨਮਾਨ ਹੁੰਦਾ ਛੋਟੇ ਵੱਡੇ ਨੂੰ ਦੇਣਾ। ਤੁਹਾਨੂੰ ਤਾਂ ਪਤਾ ਹੀ ਨਹੀਂ ਲੋਕਾਂ ਨੂੰ ਕੁਛ ਵੀ ਹਰ ਘਰ ਦੇ ਵਿੱਚ ਛੋਟੇ ਵੱਡੇ ਦਾ ਵੀ ਸਤਿਕਾਰ ਹੁੰਦਾ ਗਾ, ਪਰ ਤੈਨੂੰ ਤਾਂ ਜੀ ਹਰ ਟਾਈਮ ਉਹੀ ਕਮੇਡੀ, ਕਹਿੰਦਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ, ਲੋਕਾਂ ਦੇ ਕਰੈਕਟਰਾਂ ਨੂੰ ਗਲਤ ਗਲਤ ਨਾਮ ਦੇਣੇ, ਉਹ ਤੂੰ ਦਿੱਤੇ ਸੀਗੇ। ਤੇ ਜਦੋਂ ਤੈਨੂੰ ਪਾਗਲ ਕਰੀ ਕਿਹਾ ਸੀ, ਤੇ ਤੇਰੇ ਮਿਰਚਾਂ ਪਤਾ ਕਿੱਦਾਂ ਲੜੀਆਂ ਸੀਗੀਆਂ? ਸੋ ਯਾਰ ਤੂੰ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ ਦੇ ਅਹੁਦੇ ਦੀ ਲਾਜ ਰੱਖ, ਤੂੰ ਪੰਜਾਬ ਦੇ ਭਲੇ ਲਈ ਕੰਮ ਕਰ। ਥੋੜਾ ਹੀ ਸਿੱਖੀ ਦੀ ਗੱਲ ਤਾਂ ਤੂੰ ਨਾ ਹੀ ਕਰ ਯਾਰ, ਸਿੱਖੀ ਦੀ ਗੱਲ ਕਰਨ ਲਈ ਬਹੁਤ ਲੋਕ ਬੈਠੇ ਆ, ਪਰ ਤੂੰ ਉਹਦੇ ਚ ਸਭ ਤੋਂ ਮਗਰ ਹੁੰਦਾ। ਤੂੰ ਉਹ ਬੰਦਾ, ਤੂੰ ਕਦੇ ਗੁਰਬਾਣੀ ਸੁਣੀ ਆ? ਤੂੰ ਜਿਨ੍ਹਾਂ ਦੀ ਗੱਲ ਕਰਦਾ ਨਾ, ਉਹਨਾਂ ਦੇ ਘਰੇ ਤਾਂ ਹਰ ਟਾਈਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਤੂੰ ਜਾਂਦਾ ਵੀ ਰਿਹਾ ਸ਼ਾਇਦ ਮਨਪ੍ਰੀਤ ਬਾਦਲ ਦੇ ਨਾਲ, ਸ਼ਾਇਦ ਉਧਰ ਵੀ ਤੇਰਾ ਗੇੜਾ ਲੱਗਿਆ ਹੋਵੇ, ਤੈਨੂੰ ਪਤਾ। ਸੋ ਬਾਈ, ਸ਼ਰਮ ਕਰ, ਤੂੰ ਮੁੱਖ ਮੰਤਰੀ ਆ, ਤੈਨੂੰ ਕਿਤੇ ਇਹ ਨਾ ਹੋਵੇ ਵੀ ਲੋਕ ਤੇਰਾ ਵੀ ਮਾਣ ਸਨਮਾਨ ਕਰਨਾ ਭੁੱਲ ਜਾਣ। ਜਿਹੜਾ ਬੰਦਾ ਮੁੱਖ ਮੰਤਰੀ ਉਹਦੇ ਬੈਠਾ, ਲੋਕ ਉਹਨੂੰ ਸਾਰੇ ਸਾਹਿਬ ਕਹਿ ਕੇ ਬੁਲਾਉਂਦੇ ਆ, ਪਰ ਲੋਕ ਤੈਨੂੰ ਤੂੰ ਕਹਿਣ ਲੱਗ ਜਾਣਗੇ ਹੁਣ ਜਿਵੇਂ ਜਦੋਂ ਗੱਲਾਂ ਕਰਦਾ। ਸੋ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।